नमस्कार, मैं हूँ मारिया अजीज और आप देख रहे हैं मेरे साथ पीपीटी न्यूज। मोगा जिला के अंदर भी बदलते मौसम के मिजाज ने एक बार किसानों के चेहरों से रौनक हटा दी। खेती के काटने के लिए तैयार गेहूं की फसल पर कुदरती मार ने किसानों की चिंता को बढ़ा दिया। वहीं किसान पहले से ही परेशानी की जिंदगी जी रहा था, लेकिन इस बारिश ने गेहूं की फसल को काफी नुकसान पहुंचाया। पहले किसान की आलू की फसल भी मिट्टी बन गई और अब इस बारिश ने और कहर ढा दिया, जिससे किसानों को काफी नुकसान पहुंचा। आलू वालों बहुत ज्यादा घाटा पे है, हाँ उत्ते बदल वाली है, कणक का भी बहुत हम डिगी पी है। तो किन्ना का नुकसान है जरा थोड़ा कणक का? बारह ने तो उत्ते हो गया जी, कणक का भी। तो की मांग करते हैं सरकार तो? सरकार तो मांग ये करते हैं भी साडा माड़ा मोटा सोचे भाई, करजा कुर्जा माड़ा मोटा गवर्नमेंट माफ करे, ये बारे मांग करते। उधर आलू घाटा पैगा, उधर कणक जो वेलो भी की महाराज साढ़े मगर पे परमात्मा। बहुत ज्यादा जी अदो ज्यादा नुकसान आई कणक का। पहला असि आलू 30 किले साढ़े कणक के जी, 5 किले आलूआ के सी। ਤੇ ਆਲੂਆਂ ਨੇ ਪਹਿਲਾਂ ਵਪਾਰੀਆਂ ਨੇ ਕੋਈ ਭਾਅ ਨਹੀਂ ਸਾਨੂੰ ਦਿੱਤਾ, ਆਲੂ ਸਾਡੇ ਵਾਹਣ 'ਚ ਗਲ ਗਏ ਰੁਲ ਗਏ। ਅਤੇ ਬਾਅਦ ਵਿੱਚ ਗਰਮੀ ਬਹੁਤ ਪੈ ਗਈ ਅਤੇ ਸਿੱਟਿਆਂ ਤੋਂ ਦਾਣੇ ਨਹੀਂ ਲਿਆ ਅੱਧੇ, ਅਤੇ ਦਾਣੇ ਅੱਧੋ ਜ਼ਿਆਦਾ ਵੀ ਨੁਕਸਾਨ ਆ। ਅਤੇ ਰਹਿੰਦਾ ਕੁਹਦਾ ਸਰਕਾਰ ਨੇ ਸਾਨੂੰ ਡੋਬਾ ਦਿੱਤਾ, ਪਹਿਲਾਂ ਰੱਬ ਨੇ ਪਰਮਾਤਮਾ ਨੇ ਡੋਬਾ ਦਿੱਤਾ, ਰੱਬ ਨੇ ਉਹ ਕਹਿੰਦਾ ਹੁਣ ਮੌਸਮ ਕੀ ਹਾਲ ਹੋਇਆ ਫਿਰਦਾ। ਅਤੇ ਬਾਕੀ ਰਹਿੰਦਾ ਕੁਹਦਾ ਸਾਨੂੰ ਸਰਕਾਰ ਨੇ ਡੋਬਾ ਦਿੱਤਾ, 4% ਤੋਂ ਕਰਕੇ 12% ਵਿਆਜ ਕਰਤਾ। ਸਾਨੂੰ ਕਾਹਦੀ ਆਸ ਆ ਜੀ, ਅਸੀਂ ਤਾਂ ਬਸ ਹੁਣ ਇੱਕੋ ਖੁਦਕੁਸ਼ੀਆਂ ਕਰਨ ਲਈ ਤਿਆਰ ਆ, ਖੁਦਕੁਸ਼ੀਆਂ ਮਜ਼ਬੂਰ ਸਾਨੂੰ ਮਜ਼ਬੂਰ ਕਰ ਰਹੀ ਆ। ਜਿਹੜਾ ਅੱਜ ਪੰਜਾਬ ਸਰਕਾਰ ਨੇ ਕਿਹਾ ਸੀਗਾ ਵੀ ਕਿਸਾਨਾਂ ਦਾ ਜਿਹੜਾ ਕਰਜ਼ਾ ਮਾਫ਼ ਕੀਤਾ ਜਾਊਗਾ, ਯੂਪੀ 'ਚ ਜਿਹੜਾ ਸਰਕਾਰ ਕਰਜ਼ਾ ਮਾਫ਼ ਕੀਤਾ, ਕੀ ਤੁਹਾਨੂੰ ਸਰਕਾਰ 'ਤੇ ਆਸ ਹੈਗੀ ਆ ਵੀ ਕਰਜ਼ਾ ਮਾਫ਼ ਕਰੂਗੀ? ਸਰਕਾਰ ਤੋਂ ਸੀਗੀ ਆਸ, ਅਤੇ ਅਸੀਂ ਉਮੀਦ ਕਰਦੇ ਉਹਨਾਂ ਨੇ ਤਾਂ 4% ਤੋਂ 12% ਕਰਤਾ ਵਿਆਜ, ਸਾਨੂੰ ਕਾਹਦਾ ਆਸ ਹੋਣੀ ਹੈ ਜੀ। ਸਾਨੂੰ ਆਸ ਹੀ ਉਦੋਂ ਦੀ ਚੱਕੀ ਗਈ, ਮਿਟ ਗਈ ਸਭ। ਹਾਂਜੀ, ਤੁਸੀਂ ਕੀ ਮੰਗ ਕਰਦੇ? ਅਸੀਂ ਮੰਗ ਇਹ ਕਰਦੇ ਹਾਂ ਪਰਮਾਤਮਾ ਸਾਨੂੰ ਆਹ ਹੀ ਦੇ ਦੇਵੇ ਬਚਾ ਕੇ, ਜਿਹੜੀ ਅੱਧੀ ਫਸਲ ਨਸ਼ਟ ਹੋਈ ਅੱਧੀ ਦੇ ਦੇਵੇ। ਅਸੀਂ ਇਹੀ ਪਰਮਾਤਮਾ ਅੱਗੇ ਦਿਆ ਕਰਦੇ ਹਾਂ ਵੀ ਸਾਨੂੰ ਇਹੀ ਮੁਆਵਜ਼ਾ ਸਾਨੂੰ ਮਿਲ ਜੇ। ਅਸੀਂ ਸਰਕਾਰ ਤੋਂ ਕੀ ਮੰਗਣਾ ਜੀ, ਨਾ ਸਰਕਾਰ ਨੇ ਸਾਨੂੰ ਕੁਝ ਦੇਣਾ।